ਦੇ ਰਹੇ ਹਾਂ ਕਿ ਜਾਗੋ ਕੱਢਣੀ ਤੇ ਆਪਣੀ ਭੈਣ ਦੇ ਵਿਆਹ ਚ ਕੱਢਣ, ਜਾਗੋ ਕੱਢਣੀ ਤੇ ਆਪਣੇ ਮਾਂ ਦੇ ਵਿਆਹ ਚ ਕੱਢਣ, ਜਾਗੋ ਕੱਢਣੀ ਤੇ ਆਪਣੇ ਭਰਾ ਦੇ ਵਿਆਹ ਚ ਕੱਢਣ, ਫਿਰ ਪਤਾ ਲੱਗੇ ਕਿ ਜਾਗੋ ਕਿਵੇਂ ਕੱਢੀ ਦੇ। ਸਹੀ ਗੱਲ, ਇਹ ਜਾਗੋ ਆ ਉਹਨੂੰ ਅਸੀਂ ਕੀ ਮੰਨੀਏ, ਬਾਣੇ ਦੇ ਰੂਪ ਦੇ ਵਿੱਚ ਅਖੋਤੀ, ਅਖੋਤੀ ਬਾਣੇ ਨੂੰ ਬਦਨਾਮ ਕਰਨ ਵਾਲੇ ਅਖੋਤੀ ਜਿਹੜੇ ਹੈਗੇ ਆ ਅੰਸਰ, ਸ਼ਰਾਰਤੀ ਅੰਸਰ ਨੇ, ਸ਼ਰਾਰਤੀ ਅੰਸਰਾਂ ਦਾ ਇਹ ਕੰਮ ਆ, ਇਹ ਚਾਹੁੰਦੇ ਆ ਕਿ ਬਾਣਾ ਬਦਨਾਮ ਹੋਏ ਸਾਡੇ ਅਰਕੇ, ਜਿਹੜੇ ਜਾਣਦੇ ਕਿਹਦੇ ਹੁਣ ਤੁਰੇ ਜਾਂਦੇ, ਅਸੀਂ ਕਿਹਨੂੰ ਪ੍ਰਣਾਮ ਕਰੀਦਾ, ਕਿਹਦੇ ਕਿਹਦੇ ਵਾਸਤੇ ਚੁੱਪ ਰਹੀਦਾ। ਨਮਸਕਾਰ, ਉਸ ਟਾਈਮ ਵੀ ਸਾਡੇ ਥਾਪਰ ਸਾਹਿਬ, ਗੋਰਾ ਥਾਪਰ ਸਾਹਿਬ ਹੱਥ ਜੋੜ ਕਰਕੇ ਬਾਣੇ ਨੂੰ ਪ੍ਰਣਾਮ ਕਰ ਰਹੇ ਸੀ, ਕੀਤਾ ਉਹਨਾਂ ਨੇ, ਹੱਥ ਨਹੀਂ ਚੱਕਿਆ, ਉਹ ਬੱਜੇ ਨਹੀਂ। ਇਹ ਆਪਣੇ ਆਪ ਨੂੰ ਕਹਿੰਦੇ ਮੈਂ ਯੋਧੇ ਆ, ਚਾਰ ਨੂੰ ਲੱਗ ਕੇ ਇੱਕ ਬੰਦੇ ਨੂੰ 55 ਸਾਲ ਏਜ ਦਾ ਸਾਡਾ ਇੱਕ ਲੀਡਰ, ਇਹ ਕਹਿੰਦੇ ਯੋਧੇ ਆ, ਯੋਧਾ ਫਿਰ ਵੀ ਅੱਜ ਉਹ ਬੈਠਾ। ਇਸ ਕਰਕੇ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਵਿਗੜ ਚੁੱਕਿਆ, ਆਤੰਕਵਾਦ ਫੈਲ ਰਿਹਾ, ਜਿਹਦੇ ਕਰਕੇ ਮੈਂ ਸਾਰੇ ਹਿੰਦੂਆਂ ਨੂੰ, ਭਾਈਚਾਰਾ ਸਿੱਖ ਭਾਈਚਾਰੇ ਨੂੰ ਮੈਂ ਅਪੀਲ ਕਰਦਾ ਕਿ ਸਾਰੇ ਦੇ ਸਾਰੇ ਇੱਕਜੁੱਟ ਹੋ ਕਰਕੇ ਇੱਕ ਦੂਜੇ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰਨ ਔਰ ਭਾਈਚਾਰਾ ਕਾਇਮ ਕਰਨ। ਹਾਂਜੀ ਪ੍ਰਧਾਨ ਜੀ, ਅੱਜ ਤੁਹਾਡੇ ਵੱਲੋਂ ਮੀਟਿੰਗ ਸੱਦੀ ਗਈ ਹੈ, ਕੀ ਹੈ ਸਾਰਾ ਮਾਮਲਾ ਦੱਸਿਓ ਜੀ। ਜੈਕਾਰੇ ਬੀਰ ਵਜਣਗੇ। ਅੱਜ ਸ਼ਿਵ ਸੈਨਾ ਪੰਜਾਬ ਵੱਲੋਂ ਜੀ ਮੀਟਿੰਗ ਮੋਗਾ ਟੀਮ ਵੱਲੋਂ ਸੱਦੀ ਗਈ। ਪਰਸੋਂ ਸਾਡੇ ਗੋਰਾ ਥਾਪਰ ਜੀ ਤੇ ਹਮਲਾ ਹੋਇਆ ਲੁਧਿਆਣੇ, ਸ਼ਰਾਰਤੀ ਅੰਸਰ ਜਿਹੜੇ ਨਿੰਘ ਦੇ ਬਾਣੇ ਦੇ ਵਿੱਚ ਆਏ ਤੇ ਉਹਨਾਂ ਨੇ ਵਾਰ ਕੀਤਾ। ਪਹਿਲਾਂ ਤਾਂ ਇਹ ਕਹਿੰਦਾ ਮੈਂ ਗਾਟਾ ਵੜ ਦੂੰ, ਇਹ ਕਰ ਦੂੰ ਸਾਡਾ, ਚਲੋ ਠੀਕ ਹੈ। ਪੰਜਾਬ ਵਿੱਚ ਕਿਤੇ ਨਾ ਕਿਤੇ ਆਤੰਕਵਾਦ ਦਾ ਜਿਹੜਾ ਪੈਰ ਹੈ ਪੂਰਾ ਪੂਰੇ ਤਰੀਕੇ ਨਾਲ ਪਸਾਰਤਾ। ਅੱਜ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਸੇਫ ਨਹੀਂ ਹੈ। ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੈਂ ਅਪੀਲ ਕਰਦਾ, ਮਾਨਯੋਗ DGP ਸਾਹਿਬ ਨੂੰ ਮੈਂ ਅਪੀਲ ਕਰਦਾ ਕਿ ਪੰਜਾਬ ਦੇ ਵਿੱਚ ਕੀ ਹਿੰਦੂ ਇਸ ਤਰ੍ਹਾਂ ਹੀ ਰਹੂਗਾ ਜਿਹੜਾ ਜੈ ਸ਼੍ਰੀ ਰਾਮ ਦੇ ਨਾਰੇ ਲਾ ਕਰਕੇ ਸੁਬਾਹ ਉੱਠਦੇ ਨੇ, ਜਿਹੜੇ ਜੈ ਸ਼੍ਰੀ ਰਾਮ ਦੇ ਨਾਰੇ ਲਾ ਕਰਕੇ ਸ਼ਾਮ ਨੂੰ ਸੌਂਦੇ ਨੇ, ਉਹਨਾਂ ਦੇ ਨਾਲ ਇਹ ਹਰਸ? ਸਾਡੇ ਥਾਪਰ ਸਾਹਿਬ ਜੀ ਬਾਣੇ ਨੂੰ ਪ੍ਰਣਾਮ ਕੀਤਾ, ਬਾਰ ਬਾਰ ਪ੍ਰਣਾਮ ਕੀਤਾ, ਉਹਦਾ ਜਵਾਬ ਕੀ ਹੈ? ਉਹਨਾਂ ਨੇ ਤਲਵਾਰਾਂ ਨਾਲ ਉਹਨਾਂ ਨੂੰ ਵੱਢਣ ਦੀ ਕੋਸ਼ਿਸ਼ ਕੀਤੀ। ਇਹ ਕਿਤੇ ਤਾਲਿਬਾਨ ਰਾਜ ਹੈ? ਇਸ ਕਰਕੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਅਨਸੇਫ ਹਿੰਦੂ ਹੋਇਆ ਪਿਆ, ਪੂਰੀ ਤਰ੍ਹਾਂ ਆਤੰਕਵਾਦ ਪੈਰ ਫੈਲਾਇਆ ਹੋਇਆ, ਖਾਲਿਸਤਾਨੀ ਕਿਤੇ ਨਾ ਕਿਤੇ ਮੂਵਮੈਂਟ ਜਿਹੜੀ ਹੈ ਉਹ ਆਪਣਾ ਪੈਰ ਫੈਲਾ ਰਿਹਾ। ਪਰ ਇਹ ਹੋਣਾ ਨਹੀਂ ਗਾ। ਹਿੰਦੂ ਕਦੇ ਵੀ ਨਹੀਂ ਚਾਹੁੰਦਾ ਕਿ ਹਿੰਦੂ ਸਿੱਖ ਭਾਈਚਾਰਾ ਜਿਹੜਾ ਉਹ ਬਦਨਾਮ ਹੋਏ। ਬਾਣੇ ਦੇ ਬੇਸ 'ਚ ਜਿਹੜੇ ਅਖੋਤੀ ਨਿੰਘ ਆਏ ਨੇ ਉਹਨਾਂ ਨੇ ਸਾਡੇ ਥਾਪਰ ਸਾਹਿਬ ਤੇ ਹਮਲਾ ਕੀਤਾ, ਇਹ ਨਿੰਦਣ ਯੋਗ ਆ। 55 ਸਾਲ ਦੀ ਏਜ ਦੇ ਸਾਡੇ ਥਾਪਰ ਸਾਹਿਬ, ਉਹ ਕਹਿੰਦੇ ਗਾਟਾ ਵੱਢ ਦਿਓ, ਗਾਟਾ ਵੱਢ ਦਿਓ। ਉਹਨਾਂ ਨੇ ਕਹਿੰਦਾ ਪਹਿਲੇ ਸਾਡਾ ਗਿੱਟ ਵੱਢ ਕੇ ਦਿਖਾਓ। ਤਕਰੀਬਨ 13-14 ਵਾਰ ਹੋਇਆ, ਜਿਵੇਂ ਕਿ ਮੂਵੀਜ਼ ਤੇ ਸਭ ਕੁਝ ਦੇਖ ਰਹੇ ਹੋ। ਮਹਾਰਾਜ ਦਾ ਸ਼ੁਕਰ ਹੈ ਕਿ ਸਾਡੇ ਥਾਪਰ ਸਾਹਿਬ ਆਰਾਮ ਨਾਲ ਬੈਠੇ ਹੋਏ ਹਨ। 22 ਟੀਚਰ ਲੱਗਾ ਉਹਨਾਂ ਤੇ, ਹੱਥਾਂ ਪੈਰਾਂ 'ਚ ਲੱਗਿਆ ਹੋਇਆ। ਉਹ ਮਹਾਰਾਜ ਗੁਰੂ ਮਹਾਰਾਜ ਦੀ ਕਿਰਪਾ, ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦੀ ਕਿਰਪਾ, ਭੋਲੇਨਾਥ ਦੀ ਕਿਰਪਾ,
ਕਿ ਜਿਹੜੇ ਥਾਪਰ ਸਾਹਿਬ ਸਾਡੇ ਵਿੱਚ ਬੈਠੇ ਹੋਏ ਕੀ ਮੰਗ ਕਰਦੇ ਹੋ ਅਗਲੀ ਰਣਨੀਤੀ? ਅਸੀਂ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ ਹਾਂ, ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦੇ ਨਾਲ ਇਹ ਅਸਾਈ ਡਿਊਟੀ ਤੇ ਸੀਗਾ ਉਹਦੀ ਪੂਰੀ ਤਰ੍ਹਾਂ ਜਾਂਚ ਹੋਇਆ ਜਾਏ, ਉਹਨੂੰ ਸਸਪੈਂਡ ਨਹੀਂ ਟਰਮੀਨੇਟ ਕੀਤਾ ਜਾਵੇ, ਤਾਂ ਕਿ ਉਹਨੂੰ ਪਤਾ ਲੱਗੇ ਕਿ ਕਿਸੇ ਦੇ ਨਾਲ ਗਨਮੈਨ ਹੈਗੇ ਆ। ਔਰ ਸਾਥ ਸਾਥ ਇਹ ਵੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੱਡੇ ਅਧਿਕਾਰੀਆਂ ਨੂੰ ਅਪੀਲ ਕਰਦਾ ਕਿ ਜਿਹੜੇ ਗਨਮੈਨ ਲਾਇਕ ਹੈਗੇ ਆ ਉਹਨਾਂ ਨੂੰ ਗਨਮੈਨੀ ਦਿੱਤੀ ਜਾਵੇ। ਅਗਲੀ ਰਣਨੀਤੀ ਕੀ ਹੈ ਤੁਹਾਡੀ? ਅਗਲੀ ਰਣਨੀਤੀ ਸਾਡੇ ਰਾਸ਼ਟਰੀ ਅਧਿਆਕਸ਼ ਸ੍ਰੀ ਸੰਜੀਵ ਗਨੌਲੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਹ ਜਿਵੇਂ ਕਹਿਣਗੇ, ਅਸੀਂ ਸਾਰੇ ਸਿਵ ਸੈਨਿਕ ਮੋਗਾ ਟੀਮ ਤਿਆਰ ਪਰ ਤਿਆਰ ਬੈਠੀ ਹੈ, ਜਿਵੇਂ ਉਹਨਾਂ ਦਾ ਦਿਸ਼ਾ ਨਿਰਦੇਸ਼ ਹੋਊਗਾ ਅਸੀਂ ਉਸ ਤਰ੍ਹਾਂ ਕੰਮ ਕਰਾਂਗੇ। ਜੈ ਸ੍ਰੀ ਰਾਮ, ਜੈ ਸਾਰੇ ਵੀਰ ਬਸੰਗੇ।